ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪੰਜਾਬ ਪੁਲਿਸ ਦੇ ਵਿੱਚ ਜੋ ਭਰਤੀ ਆ 10000 ਭਰਤੀ ਜੋ ਨਿਕਲ ਜਾ ਰਹੀ ਆ ਪੰਜਾਬ ਪੁਲਿਸ ਦੇ ਵਿੱਚ ਤੇ 15000 ਜੋ ਭਰਤੀ ਆ ਉਹ ਵੱਖ-ਵੱਖ ਵਿਭਾਗਾਂ ਦੇ ਵਿੱਚ ਨਿਕਲ ਜਾ ਰਹੀ ਹੈ ਤੇ ਕਈ ਬੱਚਿਆਂ ਦੇ ਮਨ ਦੇ ਵਿੱਚ ਸਵਾਲ ਹੈ ਕਿ ਜੋ ਇਸ ਦਾ ਪੇਪਰ ਹੋਊਗਾ ਉਸ ਦਾ ਜੋ ਸਿਲੇਬਸ ਆ ਉਹ ਸੇਮ ਹੋਊਗਾ ਜਾਂ ਫਿਰ ਸਭ ਤੋਂ ਪਹਿਲਾਂ ਇਹਦਾ ਫਿਜ਼ੀਕਲ ਟੈਸਟ ਲਿਆ ਜਾਊਗਾ ਜਾਂ ਪਹਿਲਾਂ ਇਸ ਦਾ ਜੋ ਕੰਪਿਊਟਰ ਬੇਸਡ ਟੈਸਟ ਆ ਉਹ ਲਿਆ ਜਾਊਗਾ ਬਹੁਤ ਸਾਰੇ ਬੱਚਿਆਂ ਦੇ ਮਨ ਵਿੱਚ ਇਹ ਸਵਾਲ ਹੈ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਉਂਕਿ ਇਸ ਵਾਰੀ ਜੋ ਸਰਕਾਰ ਨਵੀਂ ਸਰਕਾਰ ਹੋ ਸਕਦਾ ਹੈ ਕਿ ਤੁਹਾਡੇ ਜੋ ਸਿਲੇਬਸ ਹਾਊਸ ਦੇ ਵਿੱਚ ਮਾੜਾ ਮੋਟਾ ਚੇਂਜ ਆਵੇ ਜੇ ਆਇਆ ਪਰ ਵੈਸੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਸਿਲੇਬਸ ਜੋ ਪਹਿਲਾਂ ਪੇਪਰ ਹੋਈ ਸੀ ਹੁਣ ਸਤੰਬਰ ਅਕਤੂਬਰ ਦੇ ਵਿੱਚ ਜੋ ਪੇਪਰ ਹੋਈ ਸੀ ਉਹੀ ਤੁਹਾਡਾ ਸਿਲੇਬਸ ਹੋਊਗਾ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਭਰਤੀਆਂ ਨੇ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਦੇ ਪੇਪਰ ਹੋਣੇ ਰਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਪੇਪਰ ਹੋਣਗੇ ਉਹ ਭਰਤੀਆਂ ਪੂਰੀਆਂ ਕਰਾਈਆਂ ਜਾਣਗੀਆਂ ਉਸ ਤੋਂ ਬਾਅਦ ਜੋ ਥੋੜਾ ਨਵਾਂ ਨੋਟੀਫਿਕੇਸ਼ਨ ਆਉ ਜਾਰੀ ਹੋਊਗਾ ਨਵੀਆਂ ਭਰਤੀਆਂ ਦਾ ਜਿਵੇਂ ਕਿ ਤੁਹਾਨੂੰ ਭਗਵੰਤ ਮਾਨ ਜੀ ਨੇ ਦੱਸਿਆ ਹੈ ਆਪਣੀ ਵੀਡੀਓ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਜੋ ਪਹਿਲੀ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਕੈਬਨਟ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜੀਆਂ ਇਹ ਭਰਤੀਆਂ ਨੇ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ 1 ਮਹੀਨੇ ਦੇ ਵਿੱਚ ਵਿਚਾਊ ਤੁਸੀਂ ਮੰਨ ਕੇ ਚੱਲੋ ਕਿ 2 ਮਹੀਨੇ ਤਾਂ ਲੱਗ ਹੀ ਸਕਦੇ ਨੇ ਕਿਉਂਕਿ ਜੋ ਪੁਰਾਣੀਆਂ ਭਰਤੀਆਂ ਪਹਿਲਾਂ ਪੈਂਡਿੰਗ ਨੇ ਪੰਜਾਬ ਪੁਲਿਸ ਦੀਆਂ ਉਹ ਪੂਰੀਆਂ ਹੋਣਗੀਆਂ ਉਸ ਤੋਂ ਬਾਅਦ ਹੀ ਜਿਹੜਾ ਨਵਾਂ ਨੋਟਿਸ ਹੈ ਨੋਟੀਫਿਕੇਸ਼ਨ ਉਹ ਆਊਟ ਹੋਊਗਾ ਠੀਕ ਹੈ ਜੀ ਬਾਕੀ ਹੋ ਸਕਦਾ ਹੈ ਕਿ ਇਸ ਵਾਰ ਪਹਿਲਾਂ ਜਾਂ ਫਿਜ਼ੀਕਲ ਟੈਸਟ ਹੋਵੇ ਬਾਅਦ ਦੇ ਵਿੱਚ ਪੇਪਰ ਹੋਵੇ ਇਹ ਜੋ ਵੀ ਕੁਝ ਹੋਊਗਾ ਇਹ ਤੁਹਾਡਾ ਜਦੋਂ ਵੀ ਨੋਟੀਫਿਕੇਸ਼ਨ ਤੁਹਾਡਾ ਆਊਟ ਹੋਊਗਾ ਉਹ ਨੋਟੀਫਿਕੇਸ਼ਨ ਦੇਖ ਕੇ ਪਤਾ ਲੱਗੂਗਾ ਕੀ ਸਭ ਤੋਂ ਪਹਿਲਾਂ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਜਾਂ ਕੰਪਿਊਟਰ ਬੇਸਡ ਟੈਸਟ ਹੋਊਗਾ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਵੀ ਪੂਰੀ ਚੰਗੀ ਤਰੀਕੇ ਨਾਲ ਕਰਕੇ ਰੱਖੋ ਤੇ ਜਿਹੜਾ ਕੰਪਿਊਟਰ ਬੇਸਡ ਟੈਸਟ ਆ ਉਸ ਦੀ ਤਿਆਰੀ ਵੀ ਕਰਕੇ ਰੱਖੋ ਕਿਉਂਕਿ ਜੋ ਪਹਿਲਾਂ ਬੱਚੇ ਸੀ ਉਹਨਾਂ ਦੀ ਤਿਆਰੀ ਤਾਂ ਹੋਊਗੀ ਹੋਊਗੀ ਕਈ ਬੱਚੇ ਬਹੁਤ ਘੱਟ ਫਰਕ ਦੇ ਨਾਲ ਜਿਨ੍ਹਾਂ ਦਾ ਪਿਛਲੀ ਵਾਰੀ ਸਿਲੈਕਸ਼ਨ ਨਹੀਂ ਹੋਈ ਸੀ ਪਰ ਇਸ ਵਾਰੀ ਉਹਨਾਂ ਦੀ ਜੋ ਸਿਲੈਕਸ਼ਨ ਉਹ ਹੋ ਜਾਊਗੀ ਬਾਕੀ ਜਦੋਂ ਵੀ ਸਾਡੇ ਕੋਲ ਕੋਈ ਅਪਡੇਟ ਆਊਗਾ ਅਸੀਂ ਤੁਹਾਨੂੰ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਬਣਾ ਕੇ ਤੁਹਾਨੂੰ ਵੀਡੀਓ ਅਪਲੋਡ ਕਰ ਦੇਵਾਂਗੇ ਤੇ ਤੁਹਾਨੂੰ ਅਪਡੇਟ ਆ ਜੋ ਦੇ ਜਵਾਂਗੇ ਬਾਕੀ ਜਿਹੜੇ ਬੱਚੇ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਹੀ ਆਏ ਨੇ ਜਾਂ ਪਹਿਲੀ ਵਾਰੀ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਉਹ ਸਾਡੀ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਸਾਡਾ ਮਕਸਦ ਹੈ ਕਿ ਜਿਹੜੀ ਵੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੇ 100% ਸਹੀ ਹੋਵੇ ਕੋਈ ਤੋਂ ਗਲਤ ਇਨਫੋਰਮੇਸ਼ਨ ਆ ਜੋ ਤੁਹਾਡੇ ਤੱਕ ਨਾ ਪਹੁੰਚੇ ਤੇ ਕਈ ਬੱਚੇ ਨੇ ਜੋ ਪਹਿਲਾਂ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਭਰਤੀਆਂ ਨੂੰ ਲੈ ਕੇ ਵੇਟਿੰਗ ਲਿਸਟ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਨੇ ਕਿ ਵੇਟਿੰਗ ਲਿਸਟ ਆਊਗੀ ਜਾਂ ਨਹੀਂ ਉਸ ਦਾ ਵੀ ਜਦੋਂ ਵੀ ਕੋਈ ਅਪਡੇਟ ਸਾਡੇ ਤੱਕ ਆਇਆ ਅਸੀਂ ਤੁਹਾਡੇ ਤੱਕ ਜਰੂਰ ਉਸ ਨੂੰ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਸਾਡਾ ਮਕਸਦ ਹੈ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਈ ਜਾਵੇ ਇਸ ਕਰਕੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਸ ਨਾਲ ਕਿ ਤੁਹਾਨੂੰ ਵਧੀਆ ਜੋ 100% ਸਹੀ ਜਾਣਕਾਰੀ ਹੈ ਠੀਕ ਉਹ ਮਿਲ ਸਕੇ ਬਾਕੀ ਤੁਸੀਂ ਨਾਲ ਦੀ ਨਾਲ ਬੈੱਲ ਦੀ ਜੋ ਘੰਟੀ ਦਾ ਬਟਨ ਆ ਉਹਨੂੰ ਵੀ ਦਬਾ ਲਿਓ ਉਸ ਦੇ ਨਾਲ ਕੀ ਹੁੰਦਾ ਹੈ ਕਿਉਂਕਿ ਜਿਹੜੀ ਵੀ ਅਸੀਂ ਵੀਡੀਓ ਬਣਾਵਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਊਗਾ ਬਾਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਾਕੀ ਜੇ ਤੁਹਾਡੇ ਕੋਈ ਮਨ ਦੇ ਵਿੱਚ ਕੋਈ ਇਹ ਸਵਾਲ ਹੈਗਾ ਇਹ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਸਾਡੇ ਤੋਂ ਪੁੱਛ ਸਕਦੇ ਹੋ ਧੰਨਵਾਦ ਜੀ